वार जदों गर्मी हाले पूरे जोरां ते सी, जंगल विच रहण वाले जानवर, पंछी अते कीड़े गर्मी दा फायदा चक रहे सन अते उन्हां नूं खाना लब्बण विच इस वेले कोई परेशानी नहीं सी। ई आलसी टिड्डे दे लई भी एक आम दिन ही सी। ਉਹ ਪੇੜ ਦੇ ਥੱਲੇ ਬਹਿ ਕੇ ਵਾਇਲਿਨ ਵਜਾ ਰਿਹਾ ਸੀ ਅਤੇ ਜੜੀ ਬੂਟੀਆਂ ਦੀ ਜੜਾਂ ਨੂੰ ਖਾ ਰਿਹਾ ਸੀ। ਹਾਂ, ਕਿੰਨਾ ਪਿਆਰਾ ਦਿਨ ਹੈ, ਲਾ 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 ਲਾ, ਮੈਂ ਵਾਇਲਿਨ ਵਜਾਉਂਦੇ ਹੋਏ ਗਾਵਾਂਗਾ ਤੇ ਮੈਨੂੰ ਗਾਣੇ ਦੇ ਅੱਗੇ ਬੋਲ ਵੀ ਪਤਾ ਨਹੀਂ ਹੈ, ਪਰ ਠੀਕ ਹੈ। ਜਦੋਂ ਕੰਨ ਠਣਕਾਉਣ ਵਾਲਾ ਗਾਣਾ ਉਸਨੇ ਗਾਇਆ ਤਾਂ ਉਸਨੂੰ ਇੱਕ ਸ਼ੋਰ ਸੁਣਿਆ। ਉਹ ਉਸਨੂੰ ਹੋਰ ਗੌਰ ਨਾਲ ਸੁਣਨ ਲੱਗਾ, ਇਹ ਵੇਖਣ ਦੇ ਲਈ ਕਿ ਸ਼ੋਰ ਕਿੱਧਰੋਂ ਆ ਰਿਹਾ ਤੇ ਕਿਹਦੀ ਆਵਾਜ਼ ਹੈ। ਉਹ ਛੇਤੀ ਨਾਲ ਪੇੜ ਦੀ ਟਹਿਣੀਆਂ ਤੇ ਚੜ ਗਿਆ ਤੇ ਉਸੇ ਥਾਂ ਤੇ ਉਸਨੇ ਵੇਖੀ ਇੱਕ ਕੀੜੀਆਂ ਦੀ ਗੱਡੀ ਜੋ ਫੌਜੀਆਂ ਦੀ ਤਰ੍ਹਾਂ ਮਾਰਚ ਪਾਸ ਕਰ ਰਹੀ ਸੀ। ਬੜੀ ਮੁਸ਼ਕਲ ਨਾਲ ਕੀੜੀਆਂ ਪੇੜ ਤੋਂ ਡਿੱਗੇ ਹੋਏ ਬੀਜ ਅਤੇ ਸੁੱਕੇ ਫਲ ਲਿਆ ਰਹੀਆਂ ਸਨ। ਟਿੱਡੇ ਨੇ ਜ਼ਮੀਨ ਤੇ ਛਾਲ ਮਾਰੀ ਤਾਂ ਵੇਖ ਕੇ ਹੈਰਾਨ ਰਹਿ ਗਿਆ। ਮੈਂ ਕਦੇ ਵੀ ਇਹਨਾਂ ਕੀੜੀਆਂ ਨੂੰ ਕੰਮ ਕਰਦੇ ਹੋਏ ਨਹੀਂ ਵੇਖਿਆ। ਉਸੇ ਪਲ ਉਹਨੇ ਵੇਖਿਆ ਕਿ ਇੱਕ ਨਰ ਕੀੜੀ ਉਸੇ ਰਸਤੇ ਤੋਂ ਆ ਰਿਹਾ ਸੀ। ਨਰ ਕੀੜੀ ਆਪਣੇ ਤੋਂ ਵੀ ਵੱਡਾ ਬੀਜ ਢੋ ਕੇ ਲਿਆ ਰਿਹਾ ਸੀ। ਜਿਵੇਂ ਹੀ ਨਰ ਕੀੜੀ ਟਿੱਡੇ ਦੇ ਕੋਲੋਂ ਗੁਜ਼ਰੀ ਉਹਦਾ ਬੀਜ ਡਿੱਗ ਪਿਆ ਜੋ ਉਹ ਲਿਆ ਰਿਹਾ ਸੀ। ਅਸਲ ਵਿੱਚ ਉਹਨੂੰ ਆਰਾਮ ਦੀ ਲੋੜ ਸੀ। ਟਿੱਡੇ ਨੇ ਉਹਨੂੰ ਅਰਥਹੀਨ ਅੱਖਾਂ ਨਾਲ ਵੇਖਿਆ। ਤੂੰ ਕਿਤੇ ਜਾ ਰਿਹਾ ਹੈ? ਨਹੀਂ। ਹੁਣ ਤੂੰ ਇਹ ਨਾ ਕਹੀਂ ਕਿ ਬੜੀ ਮੁਸੀਬਤ ਆਉਣ ਵਾਲੀ ਹੈ, ਕਿਸੇ ਕਰਕੇ ਤੂੰ ਭੱਜ ਰਿਹਾ ਹੈ? ਨਹੀਂ। ਚੰਗਾ ਤਾਂ ਮੈਂ ਫਿਰ ਪੁੱਛ ਸਕਦਾ ਕਿ ਤੂੰ ਕੀ ਕਰ ਰਿਹਾ ਹੈ? ਅਸੀਂ ਆਪਣੇ ਘਰ ਭੋਜਨ ਲੈ ਕੇ ਜਾ ਰਹੇ ਹਾਂ। ਓ ਅੱਛਾ, ਤਾਂ ਅੱਜ ਰਾਤ ਤੇਰੇ ਘਰ ਪਰੌਣੇ ਆਉਣ ਵਾਲੇ ਨੇ। ਅਸੀਂ ਸਰਦੀਆਂ ਲਈ ਖਾਣਾ ਜਮ੍ਹਾਂ ਕਰ ਰਹੇ ਹਾਂ। ਤੂੰ ਸਰਦੀਆਂ ਦੇ ਲਈ ਖਾਣਾ ਜਮ੍ਹਾਂ ਕਰ ਰਿਹਾ ਹੈ? ਪਰ ਕਿਉਂ, ਤਾਂ ਇੰਨੀ ਜਲਦੀ ਕਿਉਂ ਹੈ? ਸਰਦੀਆਂ ਨੂੰ ਤਾਂ ਹਲੇ ਬਹੁਤ ਟਾਈਮ ਹੈ, ਮਜ਼ੇ ਕਰੋ, ਗਰਮੀਆਂ ਦਾ ਆਨੰਦ ਲਓ। ਅੱਛਾ, ਤਾਂ ਫਿਰ ਸਰਦੀਆਂ ਲਈ ਤੁਸੀਂ ਸਾਨੂੰ ਕੀ ਸੁਝਾਅ ਦਿਓਗੇ? ਸਰਦੀਆਂ ਦਾ ਮਜ਼ਾ ਲੈਣ ਲਈ ਅਸੀਂ ਕੁਝ ਨਾ ਕੁਝ ਜ਼ਰੂਰ ਲੱਭਾਂਗੇ। ਤੂੰ ਸਿਰਫ ਮਜ਼ੇ ਬਾਰੇ ਸੋਚ ਰਿਹਾ ਹੈ, ਅਸੀਂ ਸੋਚ ਰਹੇ ਕਿ ਸਰਦੀਆਂ 'ਚ ਕੀ ਖਾਵਾਂਗੇ, ਇਹ ਪੁੱਛ ਰਹੇ ਹੈ? ਮੈਂ ਉਸਦੇ ਬਾਰੇ ਉਦੋਂ ਸੋਚਾਂਗਾ ਜਦੋਂ ਸਰਦੀਆਂ ਆਣਗੀਆਂ, ਹਾਲੇ ਤਾਂ ਗਰਮੀ ਹੈ ਤੇ ਖਾਣ ਵਾਸਤੇ ਬਹੁਤ ਕੁਝ ਹੈ। ਨਰ ਕੀੜੀ ਨੇ ਆਲਸੀ ਟਿੱਡੇ ਦੀ ਬਹੁਤ ਬਕਵਾਸ ਸੁਣ ਲਈ ਸੀ ਅਤੇ ਫਿਰ ਉਹਨੇ ਫਿਰ ਤੋਂ ਬੀਜ ਨੂੰ ਆਪਣੀ ਪਿੱਠ ਤੇ ਲੱਦਣ ਦੀ ਕੋਸ਼ਿਸ਼ ਕੀਤੀ। ਮੈਨੂੰ ਆਪਣੇ ਦੋਸਤਾਂ ਦੇ ਨਾਲ ਰਹਿਣਾ ਚਾਹੀਦਾ ਹੈ, ਕੀ ਤੂੰ ਮੇਰੀ ਪਿੱਠ ਤੇ ਬੀਜ ਰੱਖਣ ਦੀ ਮਦਦ ਕਰੇਗਾ? ਮੈਂ ਇੱਕ ਗਾਉਣ ਵਾਲਾ ਕਲਾਕਾਰ ਹਾਂ ਤੇ ਮੇਰੇ ਵਰਗੇ ਨੂੰ ਏਦਾਂ ਦੀਆਂ ਭਾਰੀਆਂ ਚੀਜ਼ਾਂ ਨਹੀਂ ਚੁੱਕਣੀਆਂ ਚਾਹੀਦੀਆਂ। ਟਿੱਡੇ ਤੋਂ ਅਜਿਹਾ ਜਵਾਬ ਸੁਣਨ ਦੇ ਬਾਅਦ ਨਰ ਕੀੜੀ ਨੇ ਟਿੱਡੇ ਤੇ ਇੱਕ ਦਿਲਚਸਪ ਨਜ਼ਰ ਪਾਈ ਅਤੇ ਦੁਬਾਰਾ ਆਪਣੀ ਪਿੱਠ ਤੇ ਬੀਜ ਰੱਖਣ ਦੀ ਕੋਸ਼ਿਸ਼ ਕਰਨ ਲੱਗਾ। ਮੈਨੂੰ ਲੱਗਦਾ ਕਿ ਮੈਂ ਤੇਰੀ ਥੋੜੀ ਜਿਹੀ ਮਦਦ ਕਰ ਸਕਦਾ ਹਾਂ। ਟਿੱਡੇ ਨੇ ਉਹ ਵੱਡਾ ਜਿਹਾ ਬੀਜ ਚੱਕਿਆ ਅਤੇ ਨਰ ਕੀੜੀ ਦੀ ਪਿੱਠ ਤੇ ਰੱਖਿਆ। ਨਰ ਕੀੜੀ ਨੇ ਉਹਦਾ ਧੰਨਵਾਦ ਕੀਤਾ ਤੇ ਆਪਣੇ ਰਸਤੇ ਤੇ ਚੱਲਣ ਲੱਗਿਆ। ਕੀ ਬੇਕਾਰ ਤੇ ਖੋਖਲਾ ਪ੍ਰਯਾਸ ਹੈ। ਟਿੱਡੇ ਨੇ ਪੇੜ ਦੇ ਥੱਲੇ ਸੋਣਾ ਜਾਰੀ ਰੱਖਿਆ। ਥੋੜਾ ਕੁਝ ਖਾ ਲੈਣ ਦੇ ਬਾਅਦ ਉਹ ਲਗਾਤਾਰ ਵਾਇਲਿਨ ਵਜਾਉਂਦਾ ਰਿਹਾ। ਓ ਕਿੰਨਾ ਪਿਆਰਾ ਦਿਨ ਹੈ, ਲਾ 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 ਲਾ, ਮੈਂ ਆਪਣੀ ਵਾਇਲਿਨ ਵਜਾਵਾਂਗਾ ਤੇ ਗਾਵਾਂਗਾ ਤੇ ਐਸੇ ਲਈ ਮੈਂ ਆਰਾਮ ਨਹੀਂ ਕਰ ਪਾ ਰਿਹਾ। ਉਸੇ ਵੇਲੇ ਇੱਕ ਗਿਲਹਰੀ ਨੇ ਆਪਣਾ ਸਿਰ ਪੇੜ ਤੋਂ ਬਾਹਰ ਕੱਢਿਆ। ਸੁਣਦੇ ਹੀ ਟਿੱਡੇ ਨੇ ਆਪਣਾ ਗਾਣਾ ਬੰਦ ਕੀਤਾ। ਉਹਨੇ ਗਿਲਹਰੀ ਤੇ ਇੱਕ ਤਿੱਖੀ ਨਜ਼ਰ ਪਾਈ ਤੇ ਆਪਣਾ ਵਾਇਲਿਨ ਲੈ ਕੇ ਉੱਥੋਂ ਚਲਾ ਗਿਆ। ਇਸ ਜੰਗਲ ਵਿੱਚ ਕੋਈ ਨਹੀਂ ਜਾਣਦਾ ਕਿ ਇੱਕ ਕਲਾਕਾਰ ਦੀ ਇੱਜ਼ਤ ਕਿਵੇਂ ਕੀਤੀ ਜਾਂਦੀ ਹੈ। ਹਾਲੇ ਵੀ ਗਰਮੀ ਦਾ ਮੌਸਮ ਚੱਲ ਰਿਹਾ ਸੀ ਤੇ ਕੀੜੀਆਂ ਨੇ ਆਪਣੇ ਘਰਾਂ ਵਿੱਚ ਖਾਣਾ ਲੈ ਜਾਣਾ ਜਾਰੀ ਰੱਖਿਆ, ਜਦਕਿ ਟਿੱਡੇ ਨੇ ਖਾਣਾ, ਘੁੰਮਣਾ, ਵਾਇਲਿਨ ਵਜਾ ਕੇ ਗਾਣਾ ਤੇ ਮਜ਼ੇ ਕਰਨਾ ਜਾਰੀ ਰੱਖਿਆ। ਆਖਰ ਠੰਡ ਦਾ ਮੌਸਮ ਆ ਗਿਆ। ਇੱਕ
एक सवेर जद कीड़ियां जा गईयां ता उना ने घर तो बाहर वेख्या। बाहर सब कुछ बर्फ दी चिट्टी चादर नाल टकिया होया सी। सारियां कीड़ियां ठंड विच रहण वाले अते भुखे जानवरां दे बारे सोच रहियां सन। दूजे पासे सारे पेड़ पौधे बर्फ नाल टके होण करके टिड्डे ने कई दिनां तो कुछ नहीं खाधा सी। ओह ठंड नाल कंब रहा सी। हुण ओहदे शरीर विच कोई ताकत नहीं बची सी। ओहदे विच वायलिन वजाण या गाण लई भी जान नहीं बची सी। ओह बड़ी मुश्किल नाल बर्फ ते चलण दी कोशिश कर रहा सी। अचानक ओहनूं गर्मी दे दिनां दी याद आई। ओह दिन किन्ने चंगे सी। चारे पासे खाणा सी, हमेशा ढिड भरिया रहिंदा सी, मैं किन्ना खुश सी। उसे पल उन्हें कीड़ी दे बारे विच सोचा, जिन्हें पूरी गर्मियां घर विच भोजन जमा कीता सी। हुण उन्हें एहसास होया कि उसनू उन्हां दी इह सोच बिल्कुल पसंद नहीं सी। किवें ओह गर्मी दे दिनां विच उन्हां दा मजाक उड़ांदा सी। की हुण ओहदी मदद करनगे, ओह इह सोचण लगा। ते हुण टिड्डे दे लई इह रस्ता चलण दे लई बहुत ठंडा सी। एक कमंड करन दा वेला नहीं है, मैनू कीड़ियां दा टिकाणा लभणा होवेगा ते उन्हां तों मदद लैणी पवेगी। ओह कीड़ियां दे घर तक पहुंचिया। बूहे दे सामने खड़े होके उन्हें जोर नाल आवाज मारी, एथे कोई है? कृपा करके मेरी मदद करो। कौन है? घर दे अंदरों उन्हें आवाज सुनी। टिड्डे ने अपनी पूरी ताकत नाल जवाब दिता, मेरे प्यारे दोस्त कीड़े, मैं हाँ टिड्डा, कृपा करके मैनू अंदर आण दे। हुण तक सब कुछ सुन रही राणी कीड़ी ने छोटी कीड़ी नू कहा, की हो रहा है, किसनू मदद दी लोड़ है? बस एक आलसी टिड्डा है जो पूरा दिन बैठे बैठे गौंदा रहिंदा सी। मैनू लगदा है भुखा है ते उसनू मदद चाहिदी है। कोई साडे बूहे ते आंदा है ते मदद मंगदा है ता उनू मना नहीं करना चाहिदा। राणी कीड़ी ते बाकी सारी कीड़ियां बूहे ते पहुंचिया ते बूहा खोलिया। टिड्डा उथे बर्फ ते पिया होया सी, क्योंकि हुण ओहदे च ताकत नहीं बची सी। कीड़ियां ने उस वेले ओहनू चक्या ते घर विच लै के आ गईयां। होश विच आण तों बाद घर दी गरमाइश दे लई उहने उहनां दा धन्नवाद कीता। उहनां ने ओहनू पाणी ते खाणा दित्ता। हुण ओहनू थोड़ा चंगा लग रिहा सी। टिड्डे ने राणी दा धन्नवाद कीता ते छोटी कीड़ी कोल गया। मैं थोड़े नाल बहुत बुरा सलूक कीता। जदों पूरी गर्मी तुसी मेहनत करदे सी, मैं बैठा गाने गांदा सी। तुसी मैनू आगा भी कीता सी, पर मैं थोड़ी गल नहीं मन्नी। मैनू इसदा पछतावा भी हो रहा है। ए तेरे लिए वड्डा सबक है। असी सारे गर्मियों विच मजे करना चाहुंदे हां, पर सानू अपने भविख दे बारे भी सोचना चाहिदा है। जे असी गर्मी दे मौसम विच भोजन इकट्ठा नहीं कीता हुंदा ते साडी हालत भी तेरे वर्गी होनी सी। टिड्डा होर थोड़ी देर तक उन्हां दे घर विच रहा। हुण उहनूं काफी चंगा ते स्वस्थ लग रहा सी। जदों उहदे जाण दा वेला आया तां कीड़ियां ने उहनूं थोड़ा खाण दे लई दित्ता। तुहाडा बहुत बहुत धन्नवाद, तुसीं मेरी जान बचाई है ते मैं कदे नहीं भुलांगा, ते अज तों मैं कदे आलसी नहीं बणांगा। की मैं एक मदद मंग सकदा हाँ? जरूर, दसो ना की चाहिदा है। गर्मी दे मौसम विच संगीत ते वायलिन बजाना सिखा के तू सारे जानवरां नू खुश कर सकदा है, है ना? बेड टाइम कहानियां बच्चियां दे लई। गुलीवर दी यात्रा। कई साल पहला एक डॉक्टर सी जिसका नाम सी गुलीवर। एक समा अजिहा आया जद शहर विच काम मिलना औखा हो गया। इसलिए गुलीवर नू एक जहाज ते नौकरी करन लई जाना पिया। ते इस तरह उसका जीवन समंदर दे तट ते शुरू हो गया। पहला कुछ दिन बहुत वधिया गुजरे। वह जहाज दे जीवन नू हौली हौली अपना रहा सी। पर एक दिन बहुत तेज तूफान आया। कुछ घंटियां तक उच्चियां उच्चियां लहरां नाल जद्दोजहद करन दी बाद आखिर च यह जहाज पलट गया। गुलीवर ते उन्हां दे चलाक दल दे कुछ लोग डुबण तो पहला पानी ते कुछ रोइंग किश्तियां नू लियाण विच कामयाब रहे। उन्हां दा जहाज डुबण दे कुछ समय बाद गायब हो गया। उह ज़्यादा चिर तक इन्हां रोइंग बोट ते रुक नहीं सकते सी। अते कुछ ही देर बाद एक तेज लहर दे करके उन्हां दे जहाज दी तरह एक किश्ती भी पलट गई।
ਉਹ ਸਾਰੀਆਂ ਥਾਵਾਂ ਤੇ ਵਿਖਰ ਗਏ। ਘੰਟਿਆਂ ਤੱਕ ਗੁਲੀਵਰ ਪਾਣੀ ਦੇ ਉੱਤੇ ਤੈਰਨ ਲਈ ਹੱਥ ਪੈਰ ਮਾਰਦਾ ਰਿਹਾ। ਉਹ ਜ਼ਿੰਦਾ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਖਰ ਵਿੱਚ ਪਾਣੀ ਦੇ ਬਹਾਅ ਨੇ ਉਸ ਨੂੰ ਕਿਨਾਰੇ ਤੱਕ ਪਹੁੰਚਣ ਵਿੱਚ ਮਦਦ ਕੀਤੀ। ਹੁਣ ਉਹ ਬਹੁਤ ਥੱਕ ਗਿਆ ਸੀ। ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕਿੱਥੇ ਹੈ। ਇਸ ਤੋਂ ਇਲਾਵਾ ਉਹ ਕੁਝ ਸੋਚਣ ਸਮਝਣ ਦੀ ਹਾਲਤ ਵਿੱਚ ਵੀ ਨਹੀਂ ਸੀ। ਉਹ ਉੱਥੇ ਕਿਨਾਰੇ ਤੇ ਹੀ ਬੇਹੋਸ਼ ਹੋ ਗਿਆ। ਜਦ ਉਹਨੂੰ ਹੋਸ਼ ਆਇਆ ਤਾਂ ਉਹਨੇ ਵੇਖਿਆ ਕਿ ਉਹ ਸਿਰ ਤੋਂ ਪੈਰ ਤੱਕ ਬੰਨਿਆ ਹੋਇਆ ਹੈ ਤੇ ਉਹ ਕੁਝ ਛੋਟੇ ਕੱਦ ਦੇ ਲੋਕਾਂ ਨਾਲ ਘਿਰਿਆ ਹੋਇਆ ਹੈ। ਉਹਨਾਂ ਦੀ ਲੰਬਾਈ ਉਸਦੀ ਹਥੇਲੀ ਜਿੰਨੀ ਸੀ। ਹੈਰਾਨੀ ਦੇ ਨਾਲ ਗੁਲੀਵਰ ਉਹਨਾਂ ਨਿੱਕੇ ਲੋਕਾਂ ਨੂੰ ਘੂਰ ਰਿਹਾ ਸੀ ਤੇ ਉਸੇ ਹੈਰਾਨੀ ਨਾਲ ਉਹ ਲੋਕ ਵੀ ਉਹਨੂੰ ਘੂਰ ਰਹੇ ਸੀ। ਉਸੇ ਵੇਲੇ ਗੁਲੀਵਰ ਨੂੰ ਆਪਣੇ ਪਿੰਡੇ ਤੇ ਗੁਦਗੁਦੀ ਮਹਿਸੂਸ ਹੋਈ। ਜਦ ਉਸਨੇ ਆਪਣਾ ਸਿਰ ਉੱਤੇ ਚੁੱਕਿਆ ਕੀ ਹੋ ਰਿਹਾ ਹੈ ਤਾਂ ਉਹਨੇ ਵੇਖਿਆ ਕਿ ਉਹਦੇ ਪੂਰੇ ਸਰੀਰ ਤੇ ਛੋਟੇ ਛੋਟੇ ਤੀਰ ਲੱਗੇ ਹੋਏ ਨੇ। ਡਰੇ ਸਹਿਮੇ ਉਹ ਛੋਟੇ ਲੋਕ ਉਸਨੂੰ ਤੀਰ ਮਾਰ ਰਹੇ ਸੀ। ਮਿਹਰਬਾਨੀ ਕਰਕੇ ਨਾ ਮਾਰੋ, ਮੈਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ। ਕੁਝ ਦਿਨ ਉਹਨਾਂ ਨੇ ਉਹਨੂੰ ਉੱਥੇ ਬੰਨ ਕੇ ਹੀ ਰੱਖਿਆ। ਉਹ ਉਸਨੂੰ ਖਾਣਾ ਪਾਣੀ ਦਿੰਦੇ ਰਹੇ। ਕੁਝ ਦਿਨ ਬੀਤ ਜਾਣ ਦੇ ਬਾਅਦ ਉਹਨਾਂ ਨੇ ਉਸਨੂੰ ਇੱਕ ਗੱਡੀ ਨਾਲ ਬੰਨਿਆ, ਜਿਸ ਨੂੰ ਸੈਂਕੜੇ ਨਿੱਕੇ ਨਿੱਕੇ ਘੋੜੇ ਖਿੱਚ ਕੇ ਉਹਨਾਂ ਦੇ ਸ਼ਹਿਰ ਵਿੱਚ ਲੈ ਗਏ। ਇਸ ਨਿੱਕੇ ਸ਼ਹਿਰ ਦਾ ਨਾਂ ਲਿਲੀਪੁੱਟ ਸੀ। ਉਹਨਾਂ ਨੇ ਉਸਦੇ ਲਈ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਬਣਾਈ, ਪਰ ਫਿਰ ਵੀ ਘਰ ਦੇ ਅੰਦਰ ਜਾਣ ਲਈ ਉਸਨੂੰ ਰੀਂਗ ਕੇ ਜਾਣਾ ਪੈਂਦਾ ਸੀ। ਇਹ ਵੇਖ ਕੇ ਕਿ ਗੁਲੀਵਰ ਨੇ ਉਹਨਾਂ ਦਾ ਕਦੇ ਕੋਈ ਨੁਕਸਾਨ ਨਹੀਂ ਕੀਤਾ, ਉਹਨਾਂ ਨੇ ਉਸਨੂੰ ਆਪਣੇ ਰਾਜਾ ਨਾਲ ਮਿਲਵਾਉਣ ਦਾ ਫੈਸਲਾ ਕੀਤਾ। ਗੁਲੀਵਰ ਨੂੰ ਰਾਜਾ ਕੋਲ ਲਿਆਂਦਾ ਗਿਆ। ਰਾਜਾ ਨੇ ਉਸਨੂੰ ਰਹਿਣ ਦੀ ਇਜਾਜ਼ਤ ਦੇ ਦਿੱਤੀ, ਪਰ ਨਾਲ ਹੀ ਹੁਕਮ ਦਿੱਤਾ ਕਿ ਉਸਦੇ ਲਈ ਸ਼ਹਿਰ ਵਿੱਚ ਕਿਤੇ ਵੀ ਕੋਈ ਕੰਮ ਕਰਨਾ ਜ਼ਰੂਰੀ ਹੈ ਤੇ ਉਹ ਜਿੰਨਾ ਹੋ ਸਕੇ ਉਹਨਾਂ ਦੀ ਮਦਦ ਵੀ ਕਰੇਗਾ। ਗੁਲੀਵਰ ਨੇ ਇੱਕ ਕਾਗਜ਼ ਤੇ ਦਸਤਖਤ ਕੀਤੇ ਜਿਸ ਤੇ ਲਿਖਿਆ ਸੀ ਕਿ ਉਹ ਕੀ ਕਰ ਸਕਦਾ ਹੈ ਤੇ ਕੀ ਨਹੀਂ। ਮਿਸਾਲ ਦੇ ਲਈ, ਜੇ ਉਹ ਕਿਸੇ ਨੂੰ ਆਪਣੇ ਹੱਥਾਂ ਵਿੱਚ ਚੁੱਕਣਾ ਚਾਹੇ ਤਾਂ ਉਸਨੂੰ ਆਗਿਆ ਲੈਣ ਦੀ ਲੋੜ ਹੈ। ਇਹ ਸਭ ਸ਼ਰਤਾਂ ਮੰਨਣ ਤੇ ਹੀ ਉਹ ਲਿਲੀਪੁੱਟ ਵਿੱਚ ਰਹਿ ਸਕਦਾ ਸੀ। ਉਹ ਇਮਾਰਤਾਂ ਦੀ ਮੁਰੰਮਤ ਦੇ ਕੰਮ ਵਿੱਚ ਅਤੇ ਲੋਕਾਂ ਨੂੰ ਪਾਣੀ ਪਹੁੰਚਾਉਣ ਵਿੱਚ ਮਦਦ ਕਰ ਰਿਹਾ ਸੀ। ਕੁਝ ਦਿਨ ਬੀਤ ਜਾਣ ਦੇ ਬਾਅਦ ਉਸਨੂੰ ਛੋਟੇ ਲੋਕਾਂ ਦੀ ਇੱਕ ਵੱਡੀ ਸਮੱਸਿਆ ਬਾਰੇ ਪਤਾ ਲੱਗਿਆ। ਪੜੋਸੀ ਦੇਸ਼ ਦੀ ਸੈਨਾ ਲਿਲੀਪੁੱਟ ਤੇ ਕਬਜ਼ਾ ਕਰਨਾ ਚਾਹੁੰਦੀ ਸੀ ਤੇ ਇਸੇ ਲਈ ਉਹ ਜੰਗ ਦੀਆਂ ਤਿਆਰੀਆਂ ਕਰ ਰਹੀ ਸੀ। ਗੁਲੀਵਰ ਰਾਜਾ ਕੋਲ ਗਿਆ ਤੇ ਮਦਦ ਦੀ ਪੇਸ਼ਕਸ਼ ਕੀਤੀ। ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਮਹਾਰਾਜ। ਰਾਜਾ ਸੁਣ ਕੇ ਬਹੁਤ ਖੁਸ਼ ਹੋਇਆ। ਉਸਨੇ ਸਭ ਤੋਂ ਪਹਿਲਾਂ ਉਸਦਾ ਧੰਨਵਾਦ ਕੀਤਾ ਅਤੇ ਫਿਰ ਉਸਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਉਸ ਵੇਲੇ ਤੱਕ ਪੜੋਸੀ ਦੇਸ਼ ਦੇ ਜਹਾਜ਼ਾਂ ਨੇ ਆਪਣੀ ਤਿਆਰੀ ਪੂਰੀ ਕਰ ਲਈ ਸੀ ਤੇ ਉਹ ਆਪਣੇ ਲਈ ਹੁਕਮ ਦਾ ਇੰਤਜ਼ਾਰ ਕਰ ਰਹੇ ਸੀ। ਇਸ ਖ਼ਬਰ ਨਾਲ ਸਾਰਾ ਸ਼ਹਿਰ ਚਿੰਤਾ ਵਿੱਚ ਪੈ ਗਿਆ, ਪਰ ਦੂਜੇ ਪਾਸੇ ਗੁਲੀਵਰ ਦੇ ਲਈ ਇਹ ਬਹੁਤ ਹੀ ਸੌਖਾ ਕੰਮ ਸੀ। ਉਸਨੇ ਸਾਰਿਆਂ ਨੂੰ ਕਿਹਾ ਕਿ ਜਿੰਨਾ ਹੋ ਸਕੇ ਉਹਨੀਆਂ ਤਾਰਾਂ ਜਮ੍ਹਾਂ ਕਰਨ ਤੇ ਉਸਦੇ ਕੋਲ ਲੈ ਆਉਣ। ਉਹ ਗੁਲੀਵਰ ਦੇ ਕਹੇ ਮੁਤਾਬਕ ਤਾਰਾਂ ਲੈ ਆਏ। ਉਸਨੇ ਉਹਨਾਂ ਸਾਰੀਆਂ ਤਾਰਾਂ ਨੂੰ ਇੱਕ ਦੂਜੇ ਨਾਲ ਬੰਨ ਕੇ ਮਜ਼ਬੂਤ ਡੋਰ ਬਣਾ ਲਈ। ਅੱਧੀ ਰਾਤ ਨੂੰ ਉਸ ਮਜ਼ਬੂਤ ਡੋਰ ਦੇ ਸਹਾਰੇ ਉਹ ਕਿਨਾਰੇ ਦੇ ਦੂਜੇ ਪਾਸੇ ਪਹੁੰਚਿਆ। ਦੁਸ਼ਮਣ ਦੀ ਨਜ਼ਰਾਂ ਤੋਂ ਬਚਦੇ ਬਚਾਉਂਦੇ ਉਹ ਦੂਜੇ ਪਾਸੇ ਦੀ ਬੰਦਰਗਾਹ 'ਤੇ ਜਾਣ ਵਿੱਚ ਕਾਮਯਾਬ ਰਿਹਾ। ਉਸਨੇ ਸਾਰੇ ਜਹਾਜ਼ਾਂ ਨੂੰ ਇੱਕ ਦੂਜੇ ਦੇ ਨਾਲ ਬੰਨ੍ਹ ਦਿੱਤਾ ਅਤੇ ਬਹੁਤ ਥੋੜ੍ਹੇ ਜਿਹੇ ਫੌਜੀਆਂ ਦੇ ਨਾਲ ਜੋ ਉਸ ਵੇਲੇ ਜਹਾਜ਼ ਦੇ ਅੰਦਰ ਸੀ ਉਹ ਉਹਨਾਂ ਨੂੰ ਲਿਲੀਪੁੱਟ ਦੇ ਕਿਨਾਰੇ ਤੱਕ ਖਿੱਚ ਕੇ ਲੈ ਆਇਆ। ਬੰਦਰਗਾਹ 'ਤੇ ਉਸਦਾ ਇੰਤਜ਼ਾਰ ਕਰ ਰਹੇ ਲੋਕ ਬਹੁਤ ਖੁਸ਼ ਸੀ। ਉਹਨਾਂ ਨੇ ਦੁਸ਼ਮਣ ਦੇ ਫੌਜੀਆਂ ਨੂੰ ਕੈਦ ਕਰ ਲਿਆ ਸੀ। ਹੁਣ ਉਹਨਾਂ ਨੂੰ ਦੁਸ਼ਮਣ ਤੋਂ ਡਰਨ ਦੀ ਕੋਈ ਲੋੜ ਨਹੀਂ ਸੀ। ਰਾਜਾ ਨੇ ਗੁਲੀਵਰ ਦਾ ਧੰਨਵਾਦ ਕੀਤਾ ਅਤੇ ਉਸਨੂੰ ਇਨਾਮ ਦਿੱਤਾ। ਗੁਲੀਵਰ ਖੁਸ਼ ਸੀ ਕਿ ਉਸਨੇ ਰਾਜਾ ਦਾ ਭਰੋਸਾ ਹਾਸਲ ਕਰ ਲਿਆ ਸੀ। ਕੁਝ ਸਮੇਂ ਬਾਅਦ ਮਹਿਲ ਵਿੱਚ ਅੱਗ ਲੱਗ ਗਈ। ਜਿਵੇਂ ਹੀ ਗੁਲੀਵਰ ਨੇ ਅੱਗ ਦੇ ਬਾਰੇ ਸੁਣਿਆ, ਉਸਨੇ ਫਟਾਫਟ ਬੰਦਰਗਾਹ ਤੋਂ ਇੱਕ ਜਹਾਜ਼ ਲਿਆ, ਉਸਨੂੰ ਪਾਣੀ ਨਾਲ ਭਰ ਲਿਆ ਅਤੇ ਉਹ ਸਾਰਾ ਪਾਣੀ ਜਾ ਕੇ ਅੱਗ 'ਤੇ ਸੁੱਟ ਦਿੱਤਾ। ਅੱਗ ਉਸੇ ਵੇਲੇ ਬੁੱਝ ਗਈ। ਗੁਲੀਵਰ ਅਤੇ ਰਾਜਾ ਦਾ ਹੁਣ ਚੰਗਾ ਤਾਲਮੇਲ ਬਣ ਗਿਆ ਸੀ।
कोई भी फैसला लेने तो पहला राजा हमेशा गुलीवर की सलाह लेंदा सी। ये गल बाकी सलाहकारा नु खटकन लग पई सी। वो गुलीवर तो खार खान लग पे सी। महाराज असी ये सुनिया है कि गुलीवर मजबूत पकड़ बना के लीलपुर दे राजा दी थां लेने दी साजिश कर रहा है। सच कह रहे हैं? हाँ महाराज, वो किन्ना शक्तिशाली है असी सारे जानते हाँ। जे वो साडे ते हमला करता है तो असी अपना बचाव नहीं कर सकते। असी हमेशा इस तरह डर के नहीं रह सकते। जनता भी इस मामले विच गंभीरता नाल विचार कर रही है। राजा अपने सलाहकारां तो बहुत प्रभावित सी, सो उसने गुलीवर नु सजा देण दा फैसला कीता। उस दे अज तक दे चंगे रवैये नु वेखदे होए असी उस नु मौत दी सजा नहीं देना चाहुंदे। उस दी अखां ते पट्टी बंद दित्ती जाएगी अते उस नु शहर तो बाहर जाण दी इजाजत नहीं होवेगी। उहदा खाणा वी बंद कर दित्ता जाएगा। जदों महल दा इक कार्यकर्ता जो गुलीवर नु पसंद करदा सी उसने राजा दा फैसला सुनिया तां उह उसी वेले इह गल गुलीवर नु दसण लई उहदे कोल पहुंचिया। मैं राजा नाल गल करके उहनां दा मन बदल सकदा हां। पर फैसला हो चुकिया सी ते राजा दा मन बदलन दा कोई इरादा नहीं सी। गुलीवर समझ चुकिया सी कि हुण उसदे कोल इक ही रस्ता सी, उत्थों निकल जाना। सो रात नूं ओ अपने नाल दुश्मन जहाज़ां नूं बंदरगाह ते लै गया अते द्वीप दे पार जाण लगा। ओ कुछ तुरिया, कुछ तैर के गया ते अखीर विच द्वीप ते आया जिसनूं लोग दुश्मन दा द्वीप कहिंदे सी। जद गुलीवर ने उन्हां नूं उन्हां दे जहाज़ वापस कीते उह समझ गए कि उसदा इरादा बुरा नहीं सी। उन्हां ने गुलीवर नूं अपने एक बंदे दे नाल राजा नूं मिलण दे लई भेजिया। राजा ने गुलीवर दा पूरे दिल नाल स्वागत कीता ते गुलीवर ने भी उन्हां नूं सब कुछ दस्या जो उस दे नाल होया सी। राजा ने कहा कि उह जद तक चाहे उन्हां दे कोल रह सकता है। उन्हां दे जहाज़ चोरी करन दे बावजूद उन्हां दा अपने प्रति व्यवहार वेख के वह हैरान रह गया क्योंकि अजिहा व्यवहार उसने लिलीपुट विच नहीं वेख्या सी। गुलीवर रात नूं बाहर रह रहा सी क्योंकि उस दे लई उत्थे कोई इन्ना वड्डा घर नहीं सी। लिलीपुट दे लोक इन्हां नूं अपना दुश्मन समझदे ने पर असल विच इह तां किन्ने चंगे लोक ने। एक दिन एंजी घूमदे घूमदे उस नूं उत्थे इक किश्ती विखी जो बिल्कुल ओमे दी किश्ती सी जिस ते ओ सवार होए होए सी जदों उन्हां दी रोइंग बोट डुब गई सी। कोई शक नहीं कि साडी किश्ती इसे किनारे नाल टकराई सी। ओ उसी वेले राजा दे कोल गया। राजा ने उसदी लोड़ दे मुताबक उस नूं आदमी दित्ते। ओ सारे किश्ती दी मरम्मत करन लगे। कुछ ही दिनां विच किश्ती किनारे ते तैयार सी। गुलीवर बहुत खुश होया क्योंकि आखिरकार वह छोटे लोगों का राज छड़ के अपने घर जा सकता सी। उसने राजा ते लोगों का धन्यवाद किया जिन्होंने उसका स्वागत किया सी। हुण एक वड्डे समंदर विच एक छोटी किश्ती ते एक मुश्किल सफर उसका इंतजार कर रहा सी। ओहो, एहो जिहा छोटा तूफान भी मेरी कश्ती नूं डुबो देवेगा। समंदर ते कुछ दिन बाद उसके सामने एक जहाज आया। उसने मदद दे लई हौका मारना शुरू कीता। सुनो, कोई है, मेरी मदद करो, हे रब्बा। आखिर उन्होंने सुन लिया। वो रोइंग बोट ते कोल गए ते गुलीवर नु अपने जहाज ते लै गए। हुण गुलीवर सुरक्षित सी। उह सारिआं नूं उस बारे दसण लई उत्साहित सी जो उहदे नाल होया सी। निक्के लोग, लिलीपुट राज ते दो राजां दे राजा। उसने सोचिआ जो कुछ भी उस नाल होया सी की कोई सुण के उस ते विश्वास करेगा। गुलीवर बहुत खुश सी क्योंकि उह अपने घर जा रिहा सी ते अपने परिवार नूं इन्ने चिर बाद मिलण वाला सी। पर नाल ही उसनों ये भी महसूस होया कि होर भी किन्ने सारे अजूबे सी जो समंदर विच उसका इंतजार कर रहे सी। बच्चों के लिए परियां दिलचस्प कहानियां पोलियाना के बच्चों के लिए।
सुनहरे वाल मुस्कुराउंदे चेहरे वाली एक 10 साल की छोटी बच्ची पोलियाना अपने आले दुआले खुशियां मनती सी। पर जदों वह छोटी ही सी उसके माँ प्यो स्वर्ग सिधार गए ते उदों तो वह कली सी। कुछ चिर वह अनाथ आश्रम विच रही, फिर कुछ चिर बाद उसकी अमीर चाची ने उसकी देखभाल का जिम्मा ले लिया। उसकी चाची पोली ने उसके रहन का इंतजाम चबारे ते कर दिता। ये वेख के कम वाली नैन्सी खुश हो गई। उम्मीद है ये छोटा मेहमान चिड़चिड़ी पोली ने खुश करन विच सफल होवेगा। पोलियाना जद घर पहुंची तो उस दी अखां विच खुशी दे हंजू सी। उन्हें अपनी चाची नू घुट के जफी पाई, पर चाची एकदम गंभीर सी। वह पोलियाना नू उस कमरे च लै गई जिथे उन्हू रहना सी। पोलियाना इन्ना वड्डा ते खुशहाल घर वेख के हैरान रह गई। चाची ने उन्हू चबारे ते उहदा कमरा विखाया। ये तेरा कमरा है ते ठीक 6 बजे रात का खाना शुरू हुंदा है, भुली ना। पोलियाना नू उसका कमरा बहुत पसंद आया। घर के सारे कमरे उसने वेखे, पर उसके मन में एक बार भी यह ख्याल नहीं आया कि चाची ने उसनू चबारे वाला कमरा क्यों दिता होगा। ठीक 6 बजे चाची ने उन्हू टेबल ते बुलाया सी, पर पोलियाना हाले तक नहीं आई सी। एक कुड़ी किथे है? मैं जाके उन्हू बुला लिया वा मिस पोली। नहीं। डिनर तो बाद चाची उदे कमरे विच गई तां वेख्या कि पोलियाना कमरे च नहीं सी। वो उसे वेले बगीचे विच माली नू दसन दे लई गई कि वो लापता है, पर माली ने छोटी पहाड़ी वाल इशारा किया कि वो उत्थे सी। भजदे हुए नैन्सी उत्थे पहुंची ते दोनों ने रल के उत्थे एक महल भी बनाया। हालात चाहे जेहो जेहे भी होण, पोलियाना हमेशा सकारात्मक सोच रखती सी, जिसनू वेख के नैन्सी हैरान हुंदी सी। उन्हें पोलियाना तो इसका राज पुछया। मेरे पिता जी ने मैनू ये सिखाया सी जब मैं छोटी सी। एक बहुत ही मददगार औरत ने सानू वसाखी भेजी सी। जब मैं इसकी वजह पूछी तो कह लगी कि यह हमेशा साड़िया अखां दे सामने रहेगा तो सानू एहसास हुंदा रहेगा कि सानू इसके इस्तेमाल की लोड़ नहीं, असि खुश रहांगे। ते उस दिन तो बाद जब भी मैं ते मेरे पिता जी दुखी महसूस करते हैं तो उस दिन दे बारे सोचते हैं। शाम नू पोलियाना अपने कमरे दे बिस्तर ते फुट फुट के रो रही सी। मेरे पिता जी स्वर्ग दूतां दे नाल रहंदे ने। मैनू पता है कि तुसी साडे नाल खेड खेडण दी कोशिश कर रहे हो, पर जे तुसी किसे चबारे दे हनेरे कमरे विच फसे हो, कल्ले बैठे हो, तो तुसी जा के भी खुश नहीं हो सकते। अगले दिन पोलियाना थल्ले बगीचे विच गई ते उसने अपनी चाची नू जफी पा ली। चाची, मेरी प्यारी चाची, मैं बहुत खुश हाँ कि आज दा दिन मैनू नसीब होया। कि असी सत श्री अकाल इंज कहंदे आ? ये कह के चाची मुड़ के उत्थों चली गई। दूरों उन्हां नू वेख रहे माली दियां अखां भर आईयां। वह पोलियाना दे कोल गया ते कहन लगा कि वह बिल्कुल उसे दी मां वर्गी नजर आउंदी है, ते माली जानदा सी कि उसकी मां ने उन्हूं खुश किया है। जिवें जिवें वक्त गुजरिया, पोलियाना दी जिंदगी उस घर विच बेहतर हुंदी चली गई। वह अपना नाश्ता करती, उस तो बाद चाची दे नाल अपना होमवर्क करती, फिर दोपहर के खाने तो बाद शामी 6 बजे तक उदे कोल खाली समा हुंदा सी। ओ घर दे लई करियाने दे समान दी खरीदारी भी कर लैंदी सी। एक दिन शहर विच उसने एक आदमी नू लम्मा कोट ते सिलंडर वर्गी शेप वाला हैट पाए वेख्या। उसने उस दे नाल दोस्ती करन दी कोशिश कीती, पर उनू ए समझ नहीं आ रहा सी कि ओ उसनू की कह रहा सी। कुछ दिन मगरों उसनू ओ आदमी दोबारा नजर आया। उसने फिर तो उदे नाल गल करन दी कोशिश कीती। इस बार उन्हें भी इस दे नाल गल कीती। नैन्सी वेख के हैरान सी, क्योंकि वह आदमी मतलब मिस्टर पेंडलटन बहुत अमीर सी ते वह एक वड्डे जे घर विच रहिंदे सी ते कदे किसे नाल गल नहीं करते सी। दूजे दिन पोलियाना एक बहुत ही कमजोर कुत्ते नू अपने नाल घर लै गई। मिस पोली ने एक बोल भी नहीं बोलिया, पर अगले दिन
ਉਹ ਇੱਕ ਮੁੰਡੇ ਨੂੰ ਘਰ ਲੈ ਗਈ ਤਾਂ ਮਿਸ ਬੌਲੀ ਦੀ ਉਹਦੇ ਨਾਲ ਬਹਿਸ ਹੋ ਗਈ। ਬਹੁਤ ਹੋ ਗਿਆ ਪੋਲੀਆਨਾ, ਤੇਰੇ ਅੱਜ ਤੱਕ ਦੇ ਕੀਤੇ ਕੰਮਾਂ ਵਿੱਚੋਂ ਇਹ ਸਭ ਤੋਂ ਖਰਾਬ ਹੈ। ਪਹਿਲਾਂ ਤੂੰ ਰਸਤੇ ਤੋਂ ਚੱਕ ਕੇ ਕੁੱਤੇ ਬਿੱਲੀਆਂ ਨੂੰ ਲਿਆਂਦੀ ਰਹੀ, ਅੱਜ ਤੂੰ ਇੱਕ ਮੰਗਤੇ ਨੂੰ ਹੀ ਮੇਰੇ ਘਰ ਲੈ ਕੇ ਆ ਗਈ ਹੈ। ਮੈਂ ਕੋਈ ਮੰਗਤਾ ਨਹੀਂ ਹਾਂ ਮੈਡਮ। ਇਹ ਕਹਿ ਕੇ ਮੁੰਡਾ ਘਰੋਂ ਭੱਜ ਗਿਆ, ਪਰ ਪੋਲੀਆਨਾ ਨੇ ਉਸ ਨੂੰ ਰਸਤੇ ਤੋਂ ਬਚਾਉਣ ਦੀ ਠਾਣ ਲਈ ਸੀ। ਸਤੰਬਰ ਵਿੱਚ ਪੋਲੀਆਨਾ ਦਾ ਸਕੂਲ ਸ਼ੁਰੂ ਹੋਇਆ। ਛੇਤੀ ਪੋਲੀਆਨਾ ਨੂੰ ਆਪਣਾ ਸਕੂਲ ਚੰਗਾ ਲੱਗਣ ਲੱਗਾ। ਇੱਕ ਦਿਨ ਇੱਕ ਸਫ਼ਰ ਦੇ ਦੌਰਾਨ ਮਿਸਟਰ ਪੈਂਡਲਟਨ ਨੇ ਪੋਲੀਆਨਾ ਨੂੰ ਪੁੱਛਿਆ ਕਿ ਉਹ ਆਪਣੀ ਚਾਚੀ ਔਰ ਨੂੰ ਛੱਡ ਕੇ ਉਹਨਾਂ ਦੇ ਨਾਲ ਰਹੇਗੀ। ਬੇਸ਼ੱਕ ਪੋਲੀਆਨਾ ਦੇ ਲਈ ਜਵਾਬ ਦੇਣਾ ਔਖਾ ਸੀ। ਮਿਸਟਰ ਪੈਂਡਲਟਨ ਨੇ ਉਹਨੂੰ ਸਭ ਕੁਝ ਸਮਝਾਇਆ। ਜਦੋਂ ਮੈਂ ਛੋਟਾ ਸੀ ਤਾਂ ਮੈਨੂੰ ਤੇਰੀ ਮੰਮੀ ਨਾਲ ਪਿਆਰ ਹੋ ਗਿਆ ਸੀ। ਮੈਂ ਉਹਨੂੰ ਬਹੁਤ ਪਿਆਰ ਕਰਦਾ ਸੀ, ਪਰ ਤੇਰੀ ਮੰਮੀ ਨੇ ਕਦੇ ਮੇਰੇ ਨਾਲ ਪਿਆਰ ਨਹੀਂ ਕੀਤਾ। ਫਿਰ ਛੇਤੀ ਉਸਨੇ ਤੇਰੇ ਪਿਤਾ ਨਾਲ ਵਿਆਹ ਕਰ ਲਿਆ ਤੇ ਇਸ ਸ਼ਹਿਰ ਤੋਂ ਦੂਰ ਚਲੀ ਗਈ। ਉਸ ਦਿਨ ਤੋਂ ਬਾਅਦ ਪੈਂਡਲਟਨ ਹਮੇਸ਼ਾ ਆਪਣੇ ਆਲੇ ਦੁਆਲੇ ਦੀ ਦੁਨੀਆਂ ਤੋਂ ਖਿਝਿਆ ਰਹਿੰਦਾ ਸੀ, ਪਰ ਪੋਲੀਆਨਾ ਆਪਣੀ ਮਾਂ ਵਰਗੀ ਦਿਸਦੀ ਸੀ। ਇਸੇ ਕਰਕੇ ਅੱਜ ਉਹ ਵੀ ਦੁਨੀਆ ਨੂੰ ਸਕਾਰਾਤਮਕ ਤਰੀਕੇ ਨਾਲ ਵੇਖ ਪਾ ਰਹੇ ਹਨ। ਇਸੇ ਲਈ ਜੇ ਪੋਲੀਆਨਾ ਹਰ ਵੇਲੇ ਉਹਨਾਂ ਦੇ ਕੋਲ ਰਹੇਗੀ ਤਾਂ ਉਹਨਾਂ ਦੇ ਕੋਲ ਜੀਣ ਦਾ ਮਕਸਦ ਹੋਵੇਗਾ। ਮੇਰੇ ਕੋਲ ਆ ਜਾ, ਅਸੀਂ ਇਕੱਠੇ ਖੁਸ਼ ਰਵਾਂਗੇ। ਤੂੰ ਮੈਨੂੰ ਪਿਓ ਸਮਾਨ ਮੰਨ ਸਕਦੀ ਹੈ ਤੇ ਮੈਂ ਤੈਨੂੰ ਧੀ ਵਾਂਗ ਰੱਖਾਂਗਾ। ਪਰ ਉਸਦੀ ਚਾਚੀ ਨੇ ਇਹ ਨਹੀਂ ਵਿਖਾਇਆ ਸੀ। ਉਹ ਜਾਣਦੀ ਸੀ ਕਿ ਉਹ ਉਸਨੂੰ ਬਹੁਤ ਚਾਹੁੰਦੀ ਸੀ ਤੇ ਉਹ ਆਪਣੀ ਚਾਚੀ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਗੱਲ ਮਿਸਟਰ ਪੈਂਡਲਟਨ ਨੂੰ ਕਿਵੇਂ ਦੱਸੇ। ਆਖਰ ਉਹਨੂੰ ਇੱਕ ਤਰੀਕਾ ਸੁਝਿਆ। ਉਹ ਚਾਹੁੰਦੀ ਸੀ ਕਿ ਮਿਸਟਰ ਪੈਂਡਲਟਨ ਜਿੰਮੀ ਨੂੰ ਨਾਲ ਰੱਖ ਲੈਣ, ਜਿਸ ਬੱਚੀ ਦੀ ਮਾਸੀ ਨੇ ਉਸਦੀ ਦੇਖਭਾਲ ਕਰਨ ਤੋਂ ਮਨਾ ਕੀਤਾ ਸੀ। ਉਹਨੂੰ ਲੱਗਿਆ ਕਿ ਇਸ ਤਰ੍ਹਾਂ ਮਿਸਟਰ ਪੈਂਡਲਟਨ ਤੇ ਜਿੰਮੀ ਦੋਵੇਂ ਹੀ ਖੁਸ਼ ਰਹਿ ਸਕਣਗੇ ਤੇ ਪੋਲੀਆਨਾ ਵੀ ਉਹਨਾਂ ਨੂੰ ਮਿਲਣ ਜਾ ਸਕੇਗੀ। ਮਿਸਟਰ ਪੈਂਡਲਟਨ ਨੇ ਉਹਨਾਂ ਨੂੰ ਅਗਲੇ ਹਫ਼ਤੇ ਨਾਲ ਆਉਣ ਦਾ ਸੱਦਾ ਦਿੱਤਾ ਸੀ। ਪਰ ਕੁਝ ਦਿਨਾਂ ਬਾਅਦ ਇੱਕ ਬਹੁਤ ਹੀ ਮਾੜੀ ਘਟਨਾ ਹੋਈ। ਇੱਕ ਕਾਰ ਨੇ ਪੋਲੀਆਨਾ ਨੂੰ ਟੱਕਰ ਮਾਰ ਦਿੱਤੀ। ਹਸਪਤਾਲ ਵਿੱਚ ਅਗਲੇ ਦਿਨ ਅੱਖਾਂ ਖੁੱਲ੍ਹਣ 'ਤੇ ਪੋਲੀਆਨਾ ਖੁਸ਼ ਹੋ ਗਈ ਕਿ ਉਹ ਜ਼ਿੰਦਾ ਸੀ। ਉਹ ਨਹੀਂ ਚਾਹੁੰਦੀ ਸੀ ਕਿ ਚਾਚੀ ਉਸਦਾ ਸਾਥ ਛੱਡ ਦੇਵੇ। ਉਹ ਚਾਚੀ ਦੇ ਨਾਲ ਗੁਜ਼ਾਰੇ ਉਹਨਾਂ ਪਲਾਂ ਲਈ ਖੁਸ਼ ਸੀ ਜਦੋਂ ਚਾਚੀ ਉਸਨੂੰ ਗੁੱਡੋ ਕਹਿ ਕੇ ਬੁਲਾਉਂਦੀ ਸੀ। ਕੁਝ ਦਿਨਾਂ ਬਾਅਦ ਪੋਲੀਆਨਾ ਹਸਪਤਾਲ ਤੋਂ ਘਰ ਵਾਪਸ ਆਈ, ਪਰ ਹੁਣ ਉਹ ਆਪਣੇ ਪੈਰਾਂ 'ਤੇ ਤੁਰ ਨਹੀਂ ਸਕਦੀ ਸੀ। ਜਦ ਮਿਸਟਰ ਪੈਂਡਲਟਨ ਪੋਲੀਆਨਾ ਨੂੰ ਮਿਲਣ ਗਏ ਤਾਂ ਉਹਨਾਂ ਨੇ ਮਿਸ ਪੋਲੀ ਨੂੰ ਪੋਲੀਆਨਾ ਨੂੰ ਦਿੱਤੀ ਗਈ ਪੇਸ਼ਕਸ਼ ਦੇ ਬਾਰੇ ਦੱਸਿਆ ਕਿ ਕਿਵੇਂ ਉਹਨੇ ਆਪਣੀ ਚਾਚੀ ਦੇ ਕਰਕੇ ਇਸ ਪੇਸ਼ਕਸ਼ ਲਈ ਮਨਾ ਕਰ ਦਿੱਤਾ ਸੀ। ਇਹ ਸਭ ਸੁਣ ਕੇ ਮਿਸ ਪੋਲੀ ਦਾ ਪਿਆਰ ਉਹਦੇ ਲਈ ਬਹੁਤ ਵੱਧ ਗਿਆ। ਉਸਦੀ ਭਤੀਜੀ ਖੁਸ਼ ਰਹੇ ਸਿਰਫ ਇਸ ਲਈ ਉਸਨੇ ਬਿੱਲੀ ਤੇ ਕੁੱਤਿਆਂ ਨੂੰ ਉਹਦੇ ਕਮਰੇ 'ਚ ਜਾਣ ਦੀ ਇਜਾਜ਼ਤ ਦੇ ਦਿੱਤੀ। ਉਹ ਪੋਲੀਆਨਾ ਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਪੋਲੀਆਨਾ ਦੇ ਚੈੱਕਅਪ ਤੋਂ ਬਾਅਦ ਡਾਕਟਰ ਨੂੰ ਬੁਰੀ ਖ਼ਬਰ ਦੇਣੀ ਪਈ। ਬਦਕਿਸਮਤੀ ਦੇ ਨਾਲ ਹੁਣੇ ਮੁਟਿਆਰ ਕਦੇ ਨਹੀਂ ਚੱਲ ਸਕੇਗੀ। ਓ ਨਹੀਂ! ਇਹ ਸੁਣ ਕੇ ਮਿਸ ਪੋਲੀ ਰੋਣ ਲੱਗੀ ਤੇ ਬੇਹੋਸ਼ ਹੋ ਗਈ। ਆਪਣੀ ਚਾਚੀ ਦੀ ਆਵਾਜ਼ ਸੁਣ ਕੇ ਪੋਲੀਆਨਾ ਜ਼ੋਰ ਜ਼ੋਰ ਕੇ ਰੋਣ ਲੱਗੀ। ਹੁਣ ਸਾਰਿਆਂ ਨੂੰ ਇਹਨਾਂ ਦੁੱਖ ਭਰੇ ਦਿਨਾਂ ਦੇ ਗੁਜ਼ਰਨ ਦਾ ਇੰਤਜ਼ਾਰ ਸੀ। ਪੋਲੀਆਨਾ ਨੇ ਜੋ ਵੀ ਉਸਨੂੰ ਮਿਲਣ ਆਉਂਦਾ ਉਹਨਾਂ ਨਾਲ ਖੁਸ਼ੀ ਦੇ ਖੇਡ ਦੇ ਬਾਰੇ 'ਚ ਦੱਸਣਾ ਸ਼ੁਰੂ ਕੀਤਾ। ਪੋਲੀਆਨਾ ਨੂੰ ਖੁਸ਼ ਦੇਖਣ ਦੇ ਲਈ ਮਿਸਟਰ ਪੈਂਡਲਟਨ ਨੇ ਜਿੰਮੀ ਨੂੰ ਗੋਦ ਲੈਣ ਦਾ ਫੈਸਲਾ ਕੀਤਾ। ਜਦ ਪੋਲੀਆਨਾ ਨੇ ਇਹ ਖੁਸ਼ਖਬਰੀ ਸੁਣੀ ਉਸਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਮਿਸ ਪੋਲੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਖੁਸ਼ੀ ਦੇ ਖੇਡ ਦੇ ਬਾਰੇ 'ਚ ਬਿਲਕੁਲ ਨਹੀਂ ਜਾਣਦੀ ਸੀ। ਇੱਕ ਵਾਰ ਜਦੋਂ ਨੈਨਸੀ ਨਾਲ ਗੱਲ ਕਰ ਰਹੀ ਸੀ ਤਾਂ ਉਸਨੂੰ ਇਸ ਬਾਰੇ 'ਚ ਪਤਾ ਚੱਲਿਆ। ਫਿਰ ਉਹ ਛੇਤੀ ਪੋਲੀਆਨਾ ਦੇ ਕੋਲ ਗਈ। ਅੱਛਾ, ਖੁਸ਼ੀ ਦਾ ਖੇਡ! ਹੁਣ ਤੋਂ ਅਸੀਂ ਇਸ ਖੇਡ ਨੂੰ ਇਕੱਠੇ ਖੇਡਾਂਗੇ। ਵਾਹ, ਇਹ ਹੁਣ ਤੱਕ ਦੀ ਸਭ ਤੋਂ ਵਧੀਆ ਖ਼ਬਰ ਹੈ ਚਾਚੀ। ਇਸੇ ਦੌਰਾਨ ਮਿਸਟਰ ਪੈਂਡਲਟਨ ਦੇ ਡਾਕਟਰ ਪੋਲੀਆਨਾ ਨਾਲ ਮਿਲਣਾ ਚਾਹੁੰਦੇ ਸੀ, ਪਰ ਇੱਕ ਸਮੱਸਿਆ ਸੀ। ਕਈ ਸਾਲ ਪਹਿਲਾਂ ਮਿਸ ਪੋਲੀ ਦੇ ਨਾਲ ਹੋਈ ਬਹਿਸ ਦੇ ਕਰਕੇ ਉਹ ਪਿਛਲੇ 15 ਸਾਲਾਂ ਤੋਂ ਉਹਨਾਂ ਦੇ ਘਰ ਨਹੀਂ ਗਏ ਸੀ।
ਆਖਰ 'ਚ ਦੋਵੇਂ ਪਾਸਿਓਂ ਸਮਝੌਤਾ ਹੋਇਆ ਅਤੇ ਉਹ ਉਸਨੂੰ ਸ਼ਹਿਰ ਤੋਂ ਬਾਹਰ ਇੱਕ ਹਸਪਤਾਲ ਵਿੱਚ ਲੈ ਗਏ। ਮਿਸਟਰ ਪੈਂਡਲਟਨ ਦੇ ਡਾਕਟਰ ਨੇ ਪੋਲੀਆਨਾ ਦਾ ਚੈੱਕਅਪ ਕੀਤਾ ਤੇ ਉਮੀਦ ਜਤਾਈ। ਕੁਝ ਮਹੀਨੇ ਬੀਤ ਚੁੱਕੇ ਸੀ, ਮਿਸ ਪੋਲੀ ਦੀ ਇੱਕ ਚਿੱਠੀ ਪੋਲੀਆਨਾ ਨੂੰ ਮਿਲੀ। ਮੇਰੀ ਪਿਆਰੀ ਚਾਚੀ, ਮੇਰੇ ਕੋਲ ਇੱਕ ਖੁਸ਼ਖਬਰੀ ਹੈ। ਮੈਨੂੰ ਇਲਾਜ ਤੋਂ ਫਾਇਦਾ ਹੋਇਆ ਹੈ ਤੇ ਆਖਰ ਹੁਣ ਮੈਂ ਤੁਰ ਸਕਦੀ ਹਾਂ। ਡਾਕਟਰ ਕਹਿ ਰਹੇ ਨੇ ਕਿ ਮੈਂ ਛੇਤੀ ਘਰ ਜਾ ਸਕਦੀ ਹਾਂ। ਕਾਸ਼ ਮੈਂ ਹੋਰ ਛੇਤੀ ਤੁਰ ਸਕਦੀ। ਅੱਜ ਮੈਂ ਬਹੁਤ ਖੁਸ਼ ਹਾਂ। ਹਰ ਚੀਜ਼ ਹੁਣ ਮੈਨੂੰ ਖੁਸ਼ ਕਰਦੀ ਹੈ। ਮੈਨੂੰ ਤਾਂ ਇਸ ਵਿੱਚ ਵੀ ਖੁਸ਼ੀ ਹੈ ਕਿ ਮੈਂ ਕੁਝ ਸਮੇਂ ਤੱਕ ਚੱਲ ਨਹੀਂ ਸਕੀ, ਕਿਉਂਕਿ ਜੇ ਅਜਿਹਾ ਨਾ ਹੁੰਦਾ ਤਾਂ ਮੈਂ ਉਹਨਾਂ ਦੀ ਇੰਨੀ ਸ਼ੁਕਰਗੁਜ਼ਾਰ ਨਾ ਹੁੰਦੀ ਜਿੰਨੀ ਅੱਜ ਹਾਂ। ਛੇਤੀ ਤੁਹਾਨੂੰ ਮਿਲਣ ਦੀ ਉਮੀਦ ਵਿੱਚ। ਬਹੁਤ ਸਾਰਾ ਪਿਆਰ, ਪੋਲੀਆਨਾ।